ਜਿਹਾ ਉਹਦਾ ਇੱਕ ਆਇਨ ਆਇਆ ਤੁਹਾਡੇ ਸਾਹਮਣੇ ਰੱਖਦਾ ਤੁਹਾਡੀ ਸਾਰਿਆਂ ਦੀ ਇਜਾਜ਼ਤ ਨਾਲ ਜਿਵੇਂ ਸੀ ਕਿ ਦਿਲ ਦਹਕਾ ਸਾ ਖਾਲੀ ਹੀ ਖਾਲੀ ਦਿਲ ਦਹਕਾ ਸਾ ਖਾਲੀ ਹੀ ਖਾਲੀ ਮੁਖ ਤੇ ਹੈ ਹਸਾ ਖਾਲੀ ਖਾਲੀ ਮੁਖ ਤੇ ਹੈ ਹਸਾ ਖਾਲੀ ਹੀ ਖਾਲੀ ਉਲਾਸ਼ੇ ਦੁਲੇ ਕਾਸੜਾ ਪੰਜਾਬੀ ਸੁਆਇਆ ਕਿ ਹਉਮੈਂ ਤੇਰੀ ਪਰਬਤ ਜਿੱਡੀ ਈਗੋ ਹਉਮੈਂ ਸੋ ਹਉਮੈਂ ਤੇਰੀ ਪਰਬਤ ਜਿੱਡੀ ਪਰ ਜਿਗਿਆ ਸਾ ਖਾਲੀ ਖਾਲੀ ਪਰ ਜਿਗਿਆ ਸਾ ਖਾਲੀ ਖਾਲੀ ਔਰ ਸ਼ੇਰ ਹੈ ਕਿ ਜਾਤਾਂ ਵਾਲੀ ਹਰ ਮਹਿਫਿਲ ਵਿੱਚ ਜਾਤਾਂ ਵਾਲੀ ਹਰ ਮਹਿਫਿਲ ਵਿੱਚ ਮੈਂ ਹਾਂ ਖਸਾ ਖਾਲੀ ਖਾਲੀ ਮੈਂ ਹਾਂ ਖਸਾ ਖਾਲੀ ਖਾਲੀ ਇੱਕ ਸ਼ੇਰ ਬਤੌਰੇ ਖਾਸ ਜਿਵੇਂ ਭੈਣ ਨੇ ਕਿਹਾ ਸੀ ਕਿ ਕੁੜੀਆਂ ਫੌਜ ਹੁੰਦੀਆਂ ਨੇ ਧੀਆਂ ਵਾਸਤੇ ਭੈਣਾਂ ਵਾਸਤੇ ਇਹ ਸ਼ੇਰ ਔਰ ਇਹ ਸ਼ੇਰ ਜਿਹੜਾ ਸਕੋਪ ਹੈ ਜਿਹੜਾ ਉਹਦਾ ਕਮਾਲ ਦਾ ਇਹਦਾ ਫੋਕਸ ਆ ਕਿਵੇਂ ਆ ਕਿ ਧੀਆਂ ਭੈਣਾਂ ਵਾਸਤੇ ਖਾਸ ਤੌਰ ਤੇ ਕਿ ਆਪਣੇ ਦਮ ਤੇ ਉੱਡੋ ਚਿੜੀਓ ਆਪਣੇ ਦਮ ਤੇ ਉੱਡੋ ਚਿੜੀਓ ਹਰ ਪਰਵਾਸਾ ਖਾਲੀ ਖਾਲੀ ਹਰ ਪਰਵਾਸਾ ਖਾਲੀ ਖਾਲੀ ਜੀ ਧੀਆਂ ਵਾਸਤੇ ਜਿਹੜੀਆਂ ਕੁੜੀਆਂ ਵਾਸਤੇ ਗੱਲ ਕੇ ਆਪਣੇ ਦਮ ਤੇ ਡਾਕਟਰ ਵਿਕਰਮ ਆਪਣੇ ਦਮ ਤੇ ਉੱਡੋ ਚਿੜੀਓ ਹਰ ਪਰਵਾਸਾ ਖਾਲੀ ਖਾਲੀ ਹਰ ਪਰਵਾਸਾ ਖਾਲੀ ਖਾਲੀ ਔਰ ਛੇ ਰਹਿ ਕੇ ਆਪਣੀ ਮਾਂ ਵਾਸਤੇ ਖੁਸ਼ੀ ਆ ਮੇਰਾ ਭਰਾ ਨਾਲ ਬੈਠਾ ਕੇ ਲਾਲੀ ਦਾ ਮਨ ਭਰਿਆ ਭਰਿਆ ਲਾਲੀ ਦਾ ਮਨ ਭਰਿਆ ਭਰਿਆ ਮਾਂ ਦਾ ਪਸਾ ਮਾਂ ਦਾ ਪਸਾ ਖਾਲੀ ਖਾਲੀ ਦਿਲ ਦਾ ਕਸਾ ਖਾਲੀ ਖਾਲੀ ਮੁਖ ਤੇ ਹਸਾ ਖਾਲੀ 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 ਬਹੁਤ ਬਹੁਤ ਸ਼ੁਕਰੀਆ ਸਹੀ ਗੱਲ ਤਹਿ ਦਿਲੋਂ ਧੰਨਵਾਦ ਔਰ ਮੈਨੂੰ ਯਾਦ ਹੈ ਕਿ ਮੈਂ ਕਲਿਕਲਾ ਦਾ ਨਾਮ ਕਰ ਨਹੀਂ ਲਵਾਂਗਾ ਪਰ ਤੁਹਾਡਾ ਸਾਰਿਆਂ ਨੂੰ ਮੈਨੂੰ ਯਾਦ ਹੈ ਕਿ ਟੁਰਾਣਾ ਸਾਹਿਬ ਤੋਂ ਤੁਸੀਂ ਮੈਨੂੰ ਯਾਦ ਹੈ ਜੀ ਉਹ ਟਾਈਮ ਜਦੋਂ ਪ੍ਰੋਗਰਾਮ ਅਸੀਂ ਚੰਦ ਪੜਦੇ ਸੀ ਰੇਡੀਓ ਦਾ ਪ੍ਰੋਗਰਾਮ ਸੀ ਤੁਹਾਨੂੰ ਉਹ ਪਹਿਲੀ ਮਹਿਫਲ ਸੀ ਮੇਰੀ ਸ਼ਿਕਾਗੋ ਲੈਂਡ 'ਚ ਅਤੇ ਉਹਦੇ ਨਾਲ ਇੱਕ ਉਲਾਰਾ ਮਿਲਦਾ ਫਿਰ ਬਾਅਦ 'ਚ ਤਾਂ ਗੱਲ ਕੁਝ ਹੋਰ ਅਸਰ ਮਿਲੇ ਪਰ ਬਾਅਦ 'ਚ ਤਾਂ ਕੰਮ ਚੱਲ ਪਿਆ ਪਰ ਇਹ ਹੈ ਕਿ ਬੜੀ ਖੁਸ਼ੀ ਮਿਲਦੀ ਜਦੋਂ ਸ਼ਿਕਾਗੋ ਲੈਂਡ ਤੋਂ ਆਪਣੇ ਘਰ ਤੋਂ ਉਲਾਰਾ ਮਿਲਦਾ ਮੈਨੂੰ ਯਾਦ ਹੈ ਮੈਂ ਵੈਨਕੂਵਰ ਗਿਆ ਅਤੇ ਉੱਥੇ ਪਾਤਰ ਸਾਹਿਬ ਵੀ ਆਏ ਸੀ ਅਤੇ ਪਾਤਰ ਸਾਹਿਬ ਸਟੇਜ 'ਤੇ ਬੈਠੇ ਸੀਗੇ ਅਤੇ ਉੱਥੇ ਜਦੋਂ ਗਜ਼ਲ ਸੁਣਾਈ ਤਾਂ ਪਾਤਰ ਸਾਹਿਬ ਉੱਠ ਕੇ ਮੈਨੂੰ ਮਿਲਣ ਆਏ ਖੈਰ ਯੂਨੀਵਰਸਿਟੀ ਇਕੱਠੇ ਪੜ੍ਹੇ ਸੀ ਆਪਾਂ ਉੱਥੇ ਯੂਨੀਵਰਸਿਟੀ ਮੇਰੇ ਪ੍ਰੋਫੈਸਰ ਸੀ ਪਾਤਰ ਸਾਹਿਬ ਅਤੇ ਮੈਨੂੰ ਬੜੀ ਖੁਸ਼ੀ ਹੋ ਕਹਿੰਦੇ ਵੀ ਸ਼ਿਕਾਗੋ 'ਚ ਨਹੀਂ ਪ੍ਰੋਗਰਾਮ ਹੁੰਦਾ ਕੋਈ ਵੀ ਅਤੇ ਪਾਤਰ ਸਾਹਿਬ ਕਹਿੰਦੇ ਵੀ ਮੈਂ ਵੀ ਇੱਦਾਂ ਹੀ ਕਹਿੰਦੇ ਵੀ ਘਰ ਦਾ ਜੋਗੀ ਜੋਗੜਾ ਦੇ ਬਾਹਰ ਦਾ ਜੋਗੀ ਸਿੱਧਰ ਸੁਪੀਰੀ ਗੱਲ ਹੋ ਜਾਂਦੀ ਪਰ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਔਰ ਇੱਕ ਵਾਰੀ ਮੇਰੀ ਗੁਜ਼ਾਰਿਸ਼ ਕਿ ਮਾਂ ਬੋਲੀ ਵਾਸਤੇ ਜਿਸ ਕਰਕੇ ਪਸਾਰੀ ਦੇ ਇਕੱਠੇ ਹੋਏ ਹਾਂ ਇੱਕ ਵਾਰੀ ਪਲੀਜ਼ ਹੈ ਆਪ ਤਾੜੀਆਂ ਮਾਰ ਕੇ ਖੜੇ ਹੋ ਤਾੜੀਆਂ ਮਾਰ ਦਿਓ ਆਪਣੀ ਮਾਂ ਬੋਲੀ ਅਸੀਂ ਮਾਨ ਵੀਰ ਸੁੱਚੇ ਸਦਾਚਾਰਾਂ ਦੇ ਆਸ਼ਿਕ ਹਾਂ ਵਿਚਾਰਾਂ ਦੇ ਨਹੀਂ ਅਸੀਂ ਤੇ ਕਿਰਦਾਰਾਂ ਦੇ ਆਸ਼ਿਕ ਹਾਂ
समर्पित है जिन्हां दी जिंदगी सारी लुपाई नू असी ऐसे कलमकारा राजपाल जी गॉड ब्लेस यू तुहानूं परमात्मा बहुत शक्ति बख्शे कि तुसीं आने वाले समय दे विच वी पंजाबी मां बोली दी सेवा करते रहो थैंक यू तुहाडे विचारां दा ते तुहाडियां भावनावां दा डॉक्टर विक्रम मेरा छोटा भी आओ प्लीज अपने बलबले तुसीं भी कढ दिओ तुसीं कढ रहे सी पिछे